ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਦੇ ਵੱਲੋਂ ਜਿੱਥੇ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਨੀ ਦਿਓਲ ਦੇ ਬਾਰੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਨੇ ਭੋਲੇ ਭਾਲੇ ਬੰਦੇ ਨੂੰ ਫਸਾ ਲਿਆ। ਉਹਨਾਂ ਕਹਿ ਕੇ ਜਿਸ ਬੰਦੇ ਨੂੰ ਬਾਲਾਕੋਟ ਦਾ ਨਹੀਂ ਪਤਾ ਉਹ ਭੋਲਾ ਹੀ ਹੈ। ਆਪ ਤਾਂ ਹੁਣ ਆਪਣੇ ਕੋਈ ਵਸੀਅਤ ਲਿਖਣ ਦੀ ਗੱਲ ਕਰੇ, ਉਹਨਾਂ ਦਾ ਪਾਰਟੀ ਦੇ ਤੌਰ ਤੇ ਨਿਬੜੀ ਖੜੀ ਹੈ ਪਾਰਟੀ, ਉਹ ਤਾਂ ਕੋਈ ਮੈਨੀਫੈਸਟੋ ਦੀ ਬਜਾਏ ਵੀ ਜੇ ਵਲੰਟੀਅਰ ਹੈ ਉਹ ਕਿਹਦੇ ਨਾਲ ਜੁੜਨ ਉਹਦਾ ਕੋਈ ਦੱਸ ਕੇ ਜਾਣ, ਬਿਕੋਜ਼ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਉਹਨਾਂ ਦਾ ਵਜੂਦ ਖਤਮ ਹੁੰਦਾ ਜਾ ਰਿਹਾ। ਹੋਰ ਜਾ ਕੀ ਰਿਹਾ ਹੋ ਗਿਆ, ਮੈਨੂੰ ਲੱਗਦਾ ਵੀ ਆ ਇਲੈਕਸ਼ਨਾਂ ਦੇ ਬਾਅਦ 23 ਤਰੀਕ ਨੂੰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਸਿਆਸੀ ਵਜੂਦ ਖਤਮ ਹੋ ਜੂਗਾ। ਦੇਖੋ ਪੰਜਾਬ ਦੇ ਲੋਕਾਂ ਨੇ ਮਨ ਬਣਾ ਰੱਖਿਆ, ਜਿਨ੍ਹਾਂ ਨੇ ਪੰਥ ਦੇ ਪਿੱਠ 'ਚ ਛੁਰਾ ਮਾਰਿਆ, ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਜਿਨ੍ਹਾਂ ਨੇ ਨਿਹੱਥੇ ਸਿੰਘ ਮਾਰੇ ਹੈ, ਅੱਜ ਉਹ ਦੂਜੇ ਸਾਰਿਆਂ ਨੂੰ ਇਹ ਨਾਮ ਲੈ ਰਹੇ, ਜਿਨ੍ਹਾਂ ਨੇ ਖੁਦ ਇੱਥੇ ਇਸ ਪੰਜਾਬ ਹਿੰਦੁਸਤਾਨ ਦਾ ਸੰਵਿਧਾਨ ਪਾੜਿਆ, ਉਹ ਲੋਕ ਅੱਜ ਖੈਰ ਖਵਾਹ ਬਣੇ ਬੈਠੇ ਹੈ। ਜਿਨ੍ਹਾਂ ਲੋਕਾਂ ਨੇ ਦੋਨੋਂ ਇਹ ਕਰੇਲਾ ਉੱਪਰ ਸੇ ਨੀਮ ਚੜ੍ਹਾ, ਬੀਜੇਪੀ ਅਤੇ ਅਕਾਲੀ ਦੋਨਾਂ ਨੇ, ਮੈਂ ਸਮਝਦਾ ਵੀ ਰਾਸ਼ਟਰ ਦਾ ਐਡਾ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਲੋਕਾਂ ਨੇ ਹਮੇਸ਼ਾ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਉਸ ਟਾਈਮ ਆਜ਼ਾਦੀ ਦੇ ਸੰਘਰਸ਼ 'ਚ ਇਹਨਾਂ ਦਾ ਸਹਿਯੋਗ, ਇਹਨਾਂ ਸੀ ਅੰਗਰੇਜ਼ਾਂ ਦੇ ਪਿੱਠੂ ਸੀਗੇ, ਇਹ ਲੋਕ ਇਹਨਾਂ ਨੇ ਦੇਸ਼ ਦਾ ਸੰਵਿਧਾਨ ਪਾੜਿਆ ਅਕਾਲੀਆਂ ਨੇ, ਅੱਜ ਇਹ ਮੁਲਕ ਦੀ ਗੱਲਾਂ ਕਰਦੇ ਆ, ਅੱਜ ਲੋਕਾਂ ਨੂੰ ਰਾਸ਼ਟਰਵਾਦ ਸਿਖਾਉਂਦੇ। ਮੇਰਾ ਮੰਨਣਾ ਹੈ ਇੱਕ ਭੋਲੇ ਵਿਅਕਤੀ ਹੈ, ਭੋਲੇ ਭਾਲੇ ਇਨਸਾਨ ਹੈ ਜਿਹਨੂੰ ਮੋਦੀ ਸਾਹਿਬ ਨੇ ਵਰਤ ਲਿਆ। ਭੋਲਾ ਇਨਸਾਨ ਇਸ ਕਰਕੇ ਕਹਿ ਰਿਹਾ ਵੀ ਇੱਕ ਭੋਲਾ ਇਨਸਾਨ ਹੀ ਹੋ ਸਕਦਾ ਜਿਹਨੂੰ ਬਾਲਾਕੋਟ ਦੇ ਬਾਰੇ ਪਤਾ ਨਾ ਹੋਵੇ, ਉਹਨਾਂ ਨੂੰ ਕਿਸੇ ਕਮਲ ਸ਼ਰਮਾ ਜੀ ਦੀ ਲੋੜ ਪਵੇ ਜਾਂ ਕੋਈ ਹੋਰ ਜਿਹੜੇ ਉਹਨਾਂ ਦੇ ਨਾਲ ਰਹਿੰਦੇ, ਕਿਹੜੇ ਉਹ ਸਿੱਧੂ ਸਾਹਿਬ ਹੈ, ਉਹ ਆ ਕੇ ਉਹਨਾਂ ਦੇ ਕੰਨ 'ਚ ਫੂਕ ਮਾਰਨ, ਭੋਲੇ ਭਾਲੇ ਇਨਸਾਨ ਨੂੰ ਮੋਦੀ ਸਾਹਿਬ ਲਿਆਏ, ਉਹਦੀ ਹੁਣ ਮੈਨੂੰ ਲੱਗਦਾ ਵੀ ਪੇਸ਼ੈਂਸ ਖਤਮ ਹੁੰਦੀ ਜਾ ਰਹੀ ਹੈ। ਆਹ ਸਾਰਾ ਜਿਹੜਾ ਨਾਟਕ ਹੈ ਬੜਾ ਛੇਤੀ ਜਦੋਂ ਲੋਕਾਂ 'ਚ ਵਿਚਰਨ ਕੇ ਖਤਮ ਹੋ ਜੂਗਾ ਅਤੇ ਉਹਨਾਂ ਨੇ ਸੱਚਾਈ ਦੱਸ ਦੇਣੀ ਹੈ ਵੀ ਕਿਹੜੀ ਮਜਬੂਰੀ 'ਚ ਉਹਨਾਂ ਨੂੰ ਇੱਥੇ ਆਉਣਾ ਪਿਆ। ਉਹ ਆਪ ਨਹੀਂ ਸੀ ਆਉਣਾ ਚਾਹੁੰਦੇ, ਮੋਦੀ ਸਾਹਿਬ ਨੇ ਕਿਹਨਾਂ ਹਾਲਾਤਾਂ ਦੇ ਵਿੱਚ ਭੇਜਿਆ, ਉਹ ਮੈਨੂੰ ਲੱਗਦਾ ਬੜਾ ਛੇਤੀ ਖੁਲਾਸਾ ਹੋ ਜੂਗਾ। ਇੱਕ ਅੱਧਾ ਕੋਈ ਹੋਰ ਇਸ ਕਿਸਮ ਦਾ ਕਿਤੇ ਕੋਈ ਵਾਕਿਆ ਹੋਇਆ ਤਾਂ ਉਹ ਆਪ ਹੀ ਦੱਸ ਦੇਣਗੇ। ਗੁਰਦਾਸਪੁਰ ਤੋਂ ਇਸ਼ਪਾਲ ਸਿੰਘ ਦੀ ਰਿਪੋਰਟ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।